ਹਾਲ ਹੀ ਵਿੱਚ ਐਸਟੀਐਫ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਖਿਲਾਫ ਕਾਰਵਾਈ ਕਰਨ ਲਈ ਵਕੀਲ ਵਰੁਣ ਗੁਪਤਾ ਦੇ ਮਾਮਲੇ ਵਿੱਚ ਉਸ ਸਮੇਂ ਨਵਾਂ ਮੋੜ ਆਇਆ ਜਦੋਂ ਸਥਾਨਕ ਲੋਕਾਂ ਤੇ ਵੱਖ-ਵੱਖ ਸੰਗਠਨਾਂ ਦੁਆਰਾ ਸੋਸ਼ਲ ਮੀਡੀਆ ਤੇ ਇੰਸਪੈਕਟਰ ਹਰਬੰਸ ਸਿੰਘ ਦੇ ਹੱਕ ਵਿੱਚ ਪੋਸਟਾਂ ਪੈਣੀਆਂ ਸ਼ੁਰੂ ਹੋ ਗਈਆਂ। ਤੁਹਾਨੂੰ ਦੱਸ ਦਈਏ ਕਿ ਵਕੀਲ ਵਰੁਣ ਗੁਪਤਾ ਨੇ ਇੰਸਪੈਕਟਰ ਹਰਬੰਸ ਸਿੰਘ ਦੇ ਦੁਰਵਿਵਹਾਰ ਅਤੇ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਸੀ ਅਤੇ 3 ਦਿਨਾਂ ਤੱਕ ਕਾਰਵਾਈ ਕਰਨ ਲਈ ਆਪਣੇ ਸਾਥੀਆਂ ਸਮੇਤ ਧਰਨੇ ਤੇ ਬੈਠੇ ਸੀ। ਸੋਸ਼ਲ ਮੀਡੀਆ ਤੇ ਅਪਲੋਡ ਕੀਤੀਆਂ ਪੋਸਟਾਂ ਵਿੱਚ ਲੋਕਾਂ ਨੇ ਕਿਹਾ ਹੈ ਕਿ ਇੰਸਪੈਕਟਰ ਹਰਬੰਸ ਸਿੰਘ ਇੱਕ ਇਮਾਨਦਾਰ, ਨਿਡਰ ਅਤੇ ਨਿਰਪੱਖ ਪੁਲਿਸ ਅਧਿਕਾਰੀ ਹੈ ਅਤੇ ਪੰਜਾਬ ਵਿੱਚ ਨਸ਼ਿਆਂ ਦੇ ਖਾਤਮੇ ਲਈ ਪੰਜਾਬ ਸਰਕਾਰ ਦੀ ਮੁਹਿੰਮ ਨੂੰ ਬਖੂਬੀ ਤਰੀਕੇ ਨਾਲ ਨਿਭਾ ਰਹੇ ਹਨ। ਲੋਕਾਂ ਨੇ ਵਕੀਲ ਵਰੁਣ ਗੁਪਤਾ ਨੂੰ ਸੰਬੋਧਿਤ ਕਰਦਿਆਂ ਕਿਹਾ ਹੈ ਕਿ ਇਸ ਮਾਮਲੇ ਨੂੰ ਨਾ ਵਧਾਇਆ ਜਾਏ ਅਤੇ ਗੱਲਬਾਤ ਦੇ ਜ਼ਰੀਏ ਮਾਮਲਾ ਹੱਲ ਕੀਤਾ ਜਾਏ। ਇਸ ਤਰ੍ਹਾਂ ਸੜਕ ਨੂੰ ਜਾਮ ਕਰਕੇ ਲੋਕਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ। ਅਜਿਹੀਆਂ ਸੈਂਕੜੋ ਪੋਸਟਾਂ ਸੋਸ਼ਲ ਮੀਡੀਆ 'ਤੇ ਆ ਰਹੀਆਂ ਹਨ। ਉੱਧਰ ਖੰਨਾ ਦੇ ਕੋਲ ਜਿਸ ਢਾਬੇ 'ਤੇ ਹਰਬੰਸ ਸਿੰਘ ਅਤੇ ਵਕੀਲ ਦੀ ਤਕਰਾਰ ਹੋਈ ਸੀ, ਉਸ ਢਾਬੇ ਦੇ ਮਾਲਕ ਨੇ ਵੀ ਫੇਸਬੁੱਕ 'ਤੇ ਲਾਈਵ ਹੋ ਕੇ ਦੱਸਿਆ ਹੈ ਕਿ ਪੁਲਿਸ ਨੇ ਕਿਸੇ ਨਾਲ ਵੀ ਕੁੱਟਮਾਰ ਨਹੀਂ ਕੀਤੀ, ਥੋੜ੍ਹੀ ਬਹੁਤ ਟਕਰਾਰ ਜ਼ਰੂਰ ਹੋਈ ਸੀ। ਇਸ ਗੱਲ ਤੋਂ ਇਹੀ ਪ੍ਰਤੀਤ ਹੁੰਦਾ ਹੈ ਕਿ ਵਕੀਲਾਂ ਦੁਆਰਾ ਆਪਣੇ ਅਹਿਮ ਨੂੰ ਉੱਚਾ ਰੱਖਣ ਦੇ ਮਾਮਲੇ ਨੂੰ ਬਿਨਾਂ ਵਜ੍ਹਾ ਵਧਾਇਆ ਜਾ ਰਿਹਾ। ਦੂਜੇ ਪਾਸੇ ਵਕੀਲਾਂ ਦੇ ਧਰਨੇ ਦੀਆਂ ਕੁਝ ਔਰਤਾਂ ਨੇ ਇੰਸਪੈਕਟਰ ਹਰਬੰਸ ਸਿੰਘ ਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਧੱਕੇ ਨਾਲ ਨਸ਼ਾ ਤਸਕਰੀ ਦਾ ਕੇਸ ਦਰਜ ਕਰਨ ਦਾ ਦੋਸ਼ ਲਗਾਇਆ। ਫਿਰ ਸਾਡੀ ਟੀਮ ਨੇ ਮਾਮਲੇ ਦੀ ਤਹਿ ਤੱਕ ਜਾਣ ਲਈ ਜਾਂਚ ਕੀਤੀ ਤਾਂ ਸਭ ਕੁਝ ਸਾਫ਼ ਹੋ ਗਿਆ। ਜੋ ਔਰਤਾਂ ਹਰਬੰਸ ਸਿੰਘ ਤੇ ਦੋਸ਼ ਲਗਾ ਰਹੀਆਂ ਸਨ, ਉਹਨਾਂ ਦੇ ਰਿਸ਼ਤੇਦਾਰਾਂ ਤੇ ਨਾ ਸਿਰਫ ਐਸਟੀਐਫ ਨੇ ਬਲਕਿ ਲੁਧਿਆਣਾ ਦੇ ਵੱਖ-ਵੱਖ ਥਾਣਿਆਂ ਵਿੱਚ ਵੀ ਬਹੁਤ ਸਾਰੇ ਮਾਮਲੇ ਦਰਜ ਹਨ ਅਤੇ ਉਹਨਾਂ ਦਾ ਪਿਛੋਕੜ ਵੀ ਅਪਰਾਧਿਕ ਹੈ, ਜਿਸ ਦਾ ਤੱਥ ਸਾਡੇ ਸਰੋਤਾਂ ਦੀ ਸਹਾਇਤਾ ਨਾਲ ਸਾਡੀ ਟੀਮ ਨੇ ਸਖ਼ਤ ਮਿਹਨਤ ਕੀਤੀ ਅਤੇ ਵੱਖ-ਵੱਖ ਥਾਣਿਆਂ ਤੋਂ ਇਕੱਤਰ ਕੀਤੀ ਹੈ। ਜੋ ਵਕੀਲਾਂ ਦੇ ਵਿੱਚ ਅਤੇ ਐਸਟੀਐਫ ਦੇ ਜਿਹੜੇ ਇੰਚਾਰਜ ਸਾਹਿਬ ਸਰਦਾਰ ਹਰਬੰਸ ਸਿੰਘ ਜਿਹਨਾਂ ਦੇ ਵਿਚਕਾਰ ਜਿਹੜਾ ਵਾ ਮਤਭੇਦ ਵੱਡੇ ਪੱਧਰ 'ਤੇ ਫੈਲਦਾ ਜਾ ਰਿਹਾ ਵਾ, ਅਤੇ ਉਹਦੇ ਨਾਲ ਕੀ ਆ ਆਮ ਜਿਹੜੀ ਆ ਆਮ ਜਿਹੜੀ ਜਨਤਾ ਵਾ ਪ੍ਰਭਾਵਿਤ ਹੋ ਰਹੀ ਆ, ਅਤੇ ਅਸੀਂ ਇਹੀ ਅਪੀਲ ਕਰਦੇ ਹਾਂ ਸਾਰੇ ਸਮਾਜ ਲੋਕ, ਕਿਉਂਕਿ ਵੱਡੇ ਪੱਧਰ 'ਤੇ ਜਿਹੜੇ ਆ ਦੱਬੇ ਕੁਚਲੇ ਲੋਕ ਜਿਹੜੇ ਆ ਉਹ ਚਿੱਟੇ ਦਾ ਨਸ਼ਾ ਕਰਦੇ ਸੀਗੇ, ਲੇਕਿਨ ਹਰਬੰਸ ਜਿਹੜੇ ਅਫਸਰ ਆਏ ਆ ਉਹਨਾਂ ਨੇ ਬਹੁਤ ਵੱਡੇ ਪੱਧਰ 'ਤੇ ਵੱਡੀਆਂ ਵੱਡੀਆਂ ਜਿਹੜੀ ਆ ਖੇਪਾਂ ਫੜ ਕੇ ਨਸ਼ੇ ਦੇ ਵਿੱਚ ਕਾਫੀ ਵੱਡੇ ਪੱਧਰ 'ਤੇ ਜਿਹੜਾ ਵਾ ਕੰਟਰੋਲ ਕੀਤਾ ਵਾ, ਅਤੇ ਅਸੀਂ ਇਹੀ ਬੇਨਤੀ ਕਰਾਂਗੇ ਵਕੀਲ ਭਰਾਵਾਂ ਨੂੰ ਵੀ ਕਿ ਜਿਹੜਾ ਝਗੜਾ ਹੋਇਆ ਵਾ ਆਪਸ ਦੇ ਵਿੱਚ ਇਹਨਾਂ ਨੂੰ ਬਹਿ ਕੇ ਟੇਬਲ 'ਤੇ ਸੁਲਝਾ ਦਿੱਤਾ ਜਾਵੇ ਤਾਂ ਜੋ ਸ਼ਾਸਨ ਪ੍ਰਸ਼ਾਸਨ ਦੇ ਵਿੱਚ ਜਿਹੜਾ ਹਰਬੰਸ ਵਰਗੇ ਜਿਹੜੇ ਅਫਸਰ ਹੈਗੇ ਆ ਉਹ ਆਪਣੀ ਡਿਊਟੀ ਨੂੰ ਅਦੀ ਕਰਦੇ ਰਹਿਣ, ਔਰ ਅਸੀਂ ਇਹੀ ਮੰਗ ਕਰਾਂਗੇ ਵਕੀਲ ਭਰਾਵਾਂ ਨੂੰ ਕਿ ਜੋ ਵੀ ਆਪਸ ਦੇ ਵਿੱਚ ਝਗੜਾ ਹੋਇਆ ਵਾ ਇਹਨੂੰ ਜਿਹੜਾ ਬਹਿ ਕੇ ਹੱਲ ਕੀਤਾ ਜਾਵੇ। ਅੱਜ ਬਹੁਤ ਹੀ ਜ਼ਰੂਰੀ ਵਿਸ਼ੇ 'ਤੇ ਗੱਲ ਕਰ ਰਿਹਾ ਹਾਂ ਕਿ ਪੰਜਾਬ ਸਰਕਾਰ ਨੇ ਚਿੱਟੇ ਦੇ ਖਾਤਮੇ ਵਾਸਤੇ ਐਸਟੀਐਫ ਦਾ ਗਠਨ ਕੀਤਾ ਅਤੇ ਉਸੇ ਕੜੀ ਹੇਠ ਲੁਧਿਆਣਾ ਵਿਖੇ ਇੰਸਪੈਕਟਰ ਹਰਬੰਸ ਸਿੰਘ ਦੀ ਨਿਯੁਕਤੀ ਕੀਤੀ ਅਤੇ ਉਹਨਾਂ ਨੇ ਬਹੁਤ ਹੀ ਬਾਖੂਬੀ ਨਾਲ ਆਪਣੀ ਡਿਊਟੀ ਨਿਭਾਈ ਅਤੇ ਬਹੁਤ ਹੀ ਅਣਗਿਣਤ ਨਸ਼ਾ ਤਸਕਰਾਂ ਨੂੰ ਵੱਡੇ ਵੱਡੇ ਮਗਰਮੱਛਾਂ ਨੂੰ ਸਲਾਖਾਂ ਦੇ ਪਿੱਛੇ ਪਹੁੰਚਾਇਆ ਅਤੇ ਕਈ ਮਾਵਾਂ ਦੇ ਪੁੱਤ ਨਸ਼ੇ ਦੀ ਲਪੇਟ 'ਚ ਆ ਵੀ ਗਏ ਸਨ, ਉਹਨਾਂ ਨੂੰ ਵੀ ਡੀ ਡਿਟੈਕਸ਼ਨ ਸੈਂਟਰ ਦੇ ਵਿੱਚ ਜਮ੍ਹਾਂ ਕਰਾਇਆ ਅਤੇ ਉਹਨਾਂ ਦਾ ਵੀ ਨਸ਼ਾ ਛੁਡਾਇਆ। ਅਤੇ ਪਿਛਲੇ ਕੁ ਦਿਨੀ ਮੈਂ ਦੇਖ ਰਿਹਾ ਹਾਂ ਇੰਸਪੈਕਟਰ ਸਾਹਿਬ ਦੀ ਇੱਕ ਵਕੀਲ ਮਿੱਤਰ ਨਾਲ ਅਚਨਚੇਤ ਬਹਿਸਬਾਜ਼ੀ ਹੋ ਗਈ ਜੋ ਕਿ ਅਚਾਨਕ ਹੀ ਸੀਗੀ ਅਤੇ ਉਹਨਾਂ ਵਕੀਲ ਮਿੱਤਰ ਨੇ ਇੰਸਪੈਕਟਰ ਹਰਬੰਸ ਸਿੰਘ ਜੀ ਖਿਲਾਫ ਮੋਰਚਾ ਖੋਲ੍ਹ ਦਿੱਤਾ। ਵਕੀਲ ਸਰਕਾਰੀ ਸੰਗਠਨ ਵਕੀਲਾਂ ਦੇ ਨਾਲ ਹੜਤਾਲ 'ਤੇ ਆ ਗਏ ਅਤੇ ਜਿਸ ਕਰਕੇ ਮੈਨੂੰ ਇਹ ਲੱਗ ਰਿਹਾ ਹੈ ਕਿ ਕਿਤੇ ਨਾ ਕਿਤੇ ਇੰਸਪੈਕਟਰ ਹਰਬੰਸ ਸਿੰਘ ਦੀ ਬਦਲੀ ਬਾਰੇ ਵੀ ਗੱਲ ਕਰ ਰਹੇ ਹੋਣਗੇ। ਪਰ ਇੱਕ ਗੱਲ ਦੋਸਤੋ ਯਾਦ ਰੱਖਿਓ, ਇਹੋ ਜਿਹਾ ਵਧੀਆ ਇੰਚਾਰਜ ਨਹੀਂ ਕੋਈ ਮਿਲਣਾ ਲੁਧਿਆਣੇ ਨੂੰ ਜਿਹਨੇ ਕਿ ਆਪਣੀ ਜਾਨ ਦੀ ਕਦੇ ਪਰਵਾਹ ਨਹੀਂ ਕੀਤੀ, ਦਿਨ ਰਾਤ ਨਹੀਂ ਦੇਖਿਆ, ਆਪਣੀ ਡਿਊਟੀ ਨਿਭਾਉਂਦੇ ਹੋਏ ਹਮੇਸ਼ਾ ਨਸ਼ਾ ਤਸਕਰਾਂ ਖਿਲਾਫ ਲੜਾਈ ਲੜੀ, ਉਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚਾਇਆ ਅਤੇ ਲੁਧਿਆਣੇ ਨੂੰ ਕਾਫੀ ਹੱਦ ਤੱਕ
ਚਿੱਟੇ ਤੋਂ ਮੁਕਤ ਕਰ ਦਿੱਤਾ ਅਤੇ ਹੋਰ ਵੀ ਕਾਰਵਾਈਆਂ ਉਹਨਾਂ ਦੀਆਂ ਜਾਰੀ ਹਨ। ਮੇਰੇ ਵਕੀਲ ਸਾਹਿਬ ਨੂੰ ਇਹ ਬੇਨਤੀ ਹੈ ਕਿ ਤੁਹਾਡੀ ਜਿਹੜੀ ਵੀ ਉਹਨਾਂ ਨਾਲ ਗੱਲਬਾਤ ਹੋਈ ਹੈ ਤੁਸੀਂ ਬਹਿ ਕੇ ਆਪਣੇ ਮਨ ਮਿਟਾਵ ਦੂਰ ਕਰੋ, ਕਿਉਂਕਿ ਤੁਸੀਂ ਜਿਸ ਹਿਸਾਬ ਨਾਲ ਉਹਨਾਂ ਦੇ ਖਿਲਾਫ਼ ਕੰਪਲੇਂਟਾਂ ਦਰਜ ਕਰਾ ਰਹੇ ਹੋ, ਕਾਰਵਾਈ ਕਰ ਰਹੇ ਹੋ, ਉਹ ਕਿਤੇ ਨਾ ਕਿਤੇ ਲੁਧਿਆਣਾ ਵਾਸੀਆਂ ਨੂੰ ਉਸਦਾ ਨੁਕਸਾਨ ਝੱਲਣਾ ਪੈਣਾ ਹੈ। ਤੋ ਇਸ ਕਰਕੇ ਮੇਰੀ ਲੁਧਿਆਣਾ ਵਾਸੀਆਂ ਨੂੰ ਅਤੇ ਵਕੀਲ ਸਾਹਿਬ ਨੂੰ ਇਹ ਅਪੀਲ ਹੈ ਕਿ ਤੁਸੀਂ ਆਪਣੇ ਮਨ ਮਿਟਾਵ ਦੂਰ ਕਰਕੇ ਇੰਸਪੈਕਟਰ ਸਾਹਿਬ ਨੂੰ ਆਪਣੀ ਜਿਹੜੀਆਂ ਨਸ਼ਾ ਤਸਕਰਾਂ ਖਿਲਾਫ਼ ਕਾਰਵਾਈ ਹੈ ਉਸਨੂੰ ਜਾਰੀ ਰਹਿਣ ਦਿਉ ਅਤੇ ਲੁਧਿਆਣਾ ਨੂੰ ਚਿੱਟਾ ਮੁਕਤ ਕਰਾਉਣ ਦੇ ਵਿੱਚ ਤੁਸੀਂ ਵੀ ਆਪਣਾ ਯੋਗਦਾਨ ਪਾਓ। ਸੋ ਇੰਨੀਆਂ ਗੱਲਾਂ ਹੀ ਕਹਿਣਾ ਚਾਹੁੰਦਾ ਹਾਂ। ਇੱਕ ਦੋ ਦਿਨ ਹੋ ਗਏ ਕੋਈ ਵਕੀਲ ਸਾਹਿਬ ਆ ਜਿਨ੍ਹਾਂ ਦਾ ਕੋਈ ਸਾਡੇ ਹਰਬੰਸ ਸਿੰਘ ਜੀ, ਸਰਦਾਰ ਹਰਬੰਸ ਸਿੰਘ ਜੀ ਐਸ ਟੀ ਐੱਫ ਵਾਲਿਆਂ ਨਾਲ ਕੋਈ ਹੋਇਆ ਉਹਨਾਂ ਦਾ, ਅਤੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਮੇਰੇ ਵਕੀਲ ਭਰਾ ਨੂੰ ਕਿ ਯਾਰ ਉਹਨਾਂ ਨੇ ਇਹ ਵੀ ਦੇਖੋ ਕਿੰਨਾ ਕਿੰਨਾ ਚਿੱਟਾ ਫੜਿਆ, ਕਿੰਨਾ ਨਸ਼ਾ ਫੜਿਆ, ਨਸ਼ੇ ਦੇ ਨਾਲ ਕਿੰਨਾ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ। ਚਲੋ ਜੇ ਕੋਈ ਗਲਤੀ ਹੋ ਗਈ ਆ ਤੁਸੀਂ ਆਪਸ 'ਚ ਬੈਠ ਕੇ ਇਹਨੂੰ ਨਿਬੇੜ ਲਓ, ਅਤੇ ਇੰਨਾ ਰੋਡਾਂ 'ਤੇ ਆਉਣਾ, ਰੋਡ ਜਾਮ ਕਰਨੇ, ਇਹ ਕੋਈ ਚੰਗੀ ਗੱਲ ਨਹੀਂ ਆ। ਕਿਉਂਕਿ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਮੇਰੇ ਭਰਾ ਨੂੰ ਕਿ ਇਹ ਕੋਈ ਚੰਗੀ ਗੱਲ ਨਹੀਂ ਆ। ਜੇ ਇਹ ਅਫਸਰ ਦੀ ਕੋਈ ਕਾਰਵਾਈ ਤੁਸੀਂ ਪਵਾਉਂਦੇ ਹੋ, ਜੇ ਅਫਸਰ ਨੌਕਰੀ ਤੋਂ ਵੀ ਉਤਰਦਾ ਹੋਰ ਕੋਈ ਅਫਸਰ ਆਏਗਾ ਉਹ ਕਾਰਵਾਈ ਨਹੀਂ ਕਰੇਗਾ, ਡਰਦੇ ਮਾਰੇ ਉਹ ਵੀ ਕਾਰਵਾਈ ਨਹੀਂ ਕਰੇਗਾ, ਕਿਉਂਕਿ ਇੰਨਾ ਨਸ਼ੇ ਦਾ ਮਾਹੌਲ ਖਰਾਬ ਹੋ ਰਿਹਾ, ਪੰਜਾਬ ਦਾ ਮਾਹੌਲ ਇੰਨਾ ਖਰਾਬ ਹੋ ਰਿਹਾ। ਅਤੇ ਮੈਂ ਬੇਨਤੀ ਕਰਦਾ ਮੇਰੇ ਭਰਾ ਨੂੰ ਵੀ ਇਹ ਕੰਮ ਨਾ ਕਰੋ ਵੀਰ, ਬੈਠ ਕੇ ਆਪਸ 'ਚ ਕਰ ਲਓ, ਕਿਉਂਕਿ ਜੇ ਐਸੇ ਵਧੀਆ ਅਫਸਰਾਂ ਦੇ ਉੱਤੇ ਕੋਈ ਕਾਰਵਾਈ ਹੁੰਦੀ ਆ ਤਾਂ ਹੋਰ ਕੋਈ ਅਫਸਰ ਆਏਗਾ ਇੰਨਾ ਚਿੱਟਾ ਨਹੀਂ ਫੜੇਗਾ। ਇਹਨਾਂ ਨੇ ਕੁਆਂਟਲਾਂ ਦੇ ਹਿਸਾਬ ਨਾਲ ਨਸ਼ਾ ਫੜਿਆ, ਸਰਦਾਰ ਹਰਬੰਸ ਸਿੰਘ ਜੀ ਦੀ ਪੂਰੀ ਟੀਮ ਨੇ ਕੁਆਂਟਲਾਂ ਦੇ ਹਿਸਾਬ ਨਾਲ ਚਿੱਟਾ ਫੜਿਆ, ਨਸ਼ਾ ਫੜਿਆ ਵਾ ਇਹਨਾਂ। ਅਤੇ ਮੇਰਾ ਭਰਾ ਬੇਨਤੀ ਕਰਦਾ ਮੈਂ ਹੱਥ ਜੋੜ ਕੇ ਤੈਨੂੰ ਵੀ ਵਕੀਲ ਸਾਹਿਬ ਵੀ ਇਹ ਆਪਸ 'ਚ ਬੈਠ ਕੇ ਤੁਸੀਂ ਨਿਵੇੜ ਲਓ, ਕਿਉਂ ਪੰਜਾਬ ਦਾ ਮਾਹੌਲ ਤਾਂ ਪਹਿਲਾਂ ਹੀ ਬਹੁਤ ਖਰਾਬ ਆ, ਤੁਸੀਂ ਵੀ ਜਾਣਦੇ ਹੋ, ਅਤੇ ਹੋਰ ਮਾਹੌਲ ਨਾ ਖਰਾਬ ਹੋਵੇ। ਅਤੇ ਚੰਗੇ ਅਫਸਰ ਆ, ਚਲੋ ਜੇ ਕੋਈ ਗਲਤੀ ਹੋਈ ਵੀ ਆ ਤੁਸੀਂ ਆਪਸ 'ਚ ਬੈਠ ਕੇ ਮੇਰਾ ਵੀਰ ਇਹਨੂੰ ਨਿਬੇੜੋ ਅਤੇ ਇਹਨੂੰ ਮਾਹੌਲ ਨਾ ਖਰਾਬ ਕਰੋ, ਕਿਉਂਕਿ ਇਹੋ ਜਿਹੇ ਅਫਸਰ ਬਹੁਤ ਘੱਟ ਆਉਂਦੇ ਆ, ਚੰਗੇ ਨੇਕ ਦਿਲ ਇਨਸਾਨ ਬਹੁਤ ਘੱਟ ਆਉਂਦੇ ਆ। ਸਰਦਾਰ ਹਰਬੰਸ ਸਿੰਘ ਜੀ ਬਹੁਤ ਅੱਛੇ ਬੰਦੇ ਨੇ ਔਰ ਇਨਸਾਨ ਨੇ, ਉਹ ਜਿੰਨਾ ਨਸ਼ਾ ਉਹਨਾਂ ਨੇ ਫੜਿਆ ਮੈਨੂੰ ਨਹੀਂ ਲੱਗਦਾ ਵੀ ਕਿਸੇ ਹੋਰ ਅਫਸਰ ਨੇ ਹਜੇ ਤੱਕ ਫੜਿਆ ਹੋਏਗਾ। ਮੈਂ ਹੱਥ ਜੋੜ ਕੇ ਬੇਨਤੀ ਇਹੀ ਕਰਨਾ ਚਾਹੁੰਦਾ ਮੇਰੇ ਭਰਾ ਨੂੰ ਵੀ ਇਹਨੂੰ ਨਿਬੇੜ ਲਓ, ਆਪਸ 'ਚ ਬੈਠ ਕੇ ਨਿਬੇੜ ਲਓ ਕਿ ਚਲੋ ਕੋਈ ਗੱਲ ਨਹੀਂ, ਜੇ ਕੋਈ ਬੰਦੇ ਤੋਂ ਮਿਸਟੇਕ ਕੋਈ ਗਲਤੀ ਹੋ ਵੀ ਜਾਂਦੀ, ਮੇਰਾ ਵੀਰ ਉਹਦੀ ਹਰ ਚੀਜ਼ ਦਾ ਹੱਲ ਪਰਮਾਤਮਾ ਨੇ ਬਣਾਇਆ, ਪਰਮਾਤਮਾ ਨੇ ਇਹ ਕਿਹਾ ਵੀ ਜੋ ਕੋਈ ਨੀਵਾਂ ਵੀ ਹੋ ਜਾਂਦਾ ਤਾਂ ਉਹਨੂੰ ਕੋਈ ਫਰਕ ਨਹੀਂ ਪੈਂਦਾ। ਠੀਕ ਹੈ ਮੇਰਾ ਵੀਰ, ਪੰਜਾਬ ਦਾ ਮਾਹੌਲ ਨਾ ਖਰਾਬ ਹੋਵੇ। ਮੇਰਾ ਵੀਰ ਤੁਸੀਂ ਰੋਡਾਂ 'ਤੇ ਆਉਂਦੇ ਹੋ, ਪੜ੍ਹੇ ਲਿਖੇ ਵਕੀਲ ਹੋ ਤੁਸੀਂ, ਰੋਡ 'ਤੇ ਆਉਣਾ ਚੁੱਕ ਚੰਗੀ ਗੱਲ ਨਹੀਂ ਹੈ, ਕਿਉਂਕਿ ਹੋਰ ਵੀ ਬੜੇ ਕੰਮ ਖਰਾਬ ਹੋ ਰਿਹਾ, ਪੰਜਾਬ ਦਾ ਤਾਂ ਪਹਿਲਾਂ ਹੀ ਬਹੁਤ ਮਾਹੌਲ ਖਰਾਬ ਹੋ ਰਿਹਾ। ਮੇਰਾ ਵੀਰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਮੇਰੇ ਭਰਾ ਨੂੰ, ਅਤੇ ਮਹਾਰਾਜ ਚੜ੍ਹਦੀ ਕਲਾ 'ਚ ਰੱਖੇ ਅਤੇ ਮੇਰਾ ਵੀਰ ਆਪਸ 'ਚ ਨਿਬੇੜੋ, ਕੋਈ ਵੀ ਕਾਰਵਾਈ ਸਰਦਾਰ ਹਰਬੰਸ ਸਿੰਘ ਜੀ 'ਤੇ ਨਾ ਕਰੋ, ਕਿਉਂਕਿ ਬਹੁਤ ਅੱਛੇ ਇਨਸਾਨ ਨੇ ਉਹ, ਬਹੁਤ ਨੇਕ ਦਿਲ ਇਨਸਾਨ ਨੇ, ਵੀ ਉਹਨਾਂ ਨੇ ਪੰਜਾਬ ਦੇ ਲਈ ਇੰਨਾ ਨਸ਼ਾ ਫੜਿਆ, ਉਹਨਾਂ ਨੇ ਇੰਨਾ ਅੱਛੇ ਅੱਛੇ ਕੰਮ ਕੀਤੇ ਆ। ਅਤੇ ਮੈਂ ਆਪਣੇ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਮੇਰਾ ਵੀਰ, ਦੱਬ ਕੇ ਸਪੋਰਟ ਕਰੋ ਸਰਦਾਰ ਹਰਬੰਸ ਸਿੰਘ ਜੀ ਦੀ, ਜਿਨ੍ਹਾਂ ਨੇ ਪੰਜਾਬ ਦੇ ਵਿੱਚ ਇੰਨਾ ਚਿੱਟਾ ਕੁਆਂਟਲਾਂ ਦੇ ਹਿਸਾਬ ਨਾਲ ਫੜਿਆ। ਤੁਸੀਂ ਉਹਨਾਂ ਦੇ ਬਾਰੇ ਦੇਖਦੇ ਵੀ ਹੋਗੇ ਜਾਂ ਉਹਨਾਂ ਦੇ ਸੁਣਿਆ ਵੀ ਹੋਏਗਾ। ਫਰੈਂਡਸ, ਇੱਕ ਦਿਨ ਤੋਂ ਦੋ ਦਿਨ ਤੋਂ ਮੁੱਦਾ ਬਹੁਤ ਭਖਿਆ ਹੋਇਆ ਵਾ ਸਰਦਾਰ ਹਰਬੰਸ ਸਿੰਘ ਦੇ ਖਿਲਾਫ ਵਕੀਲਾਂ ਵੱਲੋਂ। ਸਰਦਾਰ ਹਰਬੰਸ ਸਿੰਘ ਬਹੁਤ ਹੀ ਕਾਬਲ ਅਫਸਰ ਹੈ, ਬਹੁਤ ਹੀ ਬਰੇਵ ਅਫਸਰ ਹੈ, ਜਿਸ ਨੇ ਪੰਜਾਬ ਦੇ ਵਿੱਚ ਨਸ਼ਾ ਦੂਰ ਕਰਨ ਦੀ ਬਹੁਤ ਕੋਸ਼ਿਸ਼ ਕੀਤੀ। ਜੇ ਵਕੀਲ ਸਾਹਿਬ ਤੁਹਾਡੇ ਨਾਲ ਕੋਈ ਵੀ ਇਹਨਾਂ ਦਾ ਕੋਈ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੈ ਤਾਂ ਮੇਰੇ ਵੀਰ ਤੁਸੀਂ ਆਪਸ ਵਿੱਚ ਵਿਆਹ ਕੇ ਗਿਲੇ ਛਿਪ ਕੇ ਦੂਰ ਕਰ ਲਓ।
ਕਿਉਂਕਿ ਹਰਬੰਸ ਸਿੰਘ ਇੰਨਾ ਮਾੜਾ ਅਫਸਰ ਨਹੀਂ। ਮੇਰੀ ਤਾਂ ਹੱਥ ਜੋੜ ਕੇ ਇਹੀ ਬੇਨਤੀ ਆ ਕਿ ਤੁਸੀਂ ਬੈਠ ਕੇ ਸੁਲਾਹ ਕਰ ਲਓ। ਲੁਧਿਆਣੇ ਤੋਂ ਪ੍ਰਦੀਪ ਭੰਡਾਰ ਦੀ ਰਿਪੋਰਟ।